ਪੰਜਾਬ ਦੇ ਪਾਣੀ ਨੂੰ ਲੈ ਕੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੁੰਦੀ ਪਈ ਹੈ, ਜਿਹਨੂੰ ਦੇਖ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ। ਇਹ ਵੀਡੀਓ ਜਿਹੜੀ ਹੈਗੀ ਹੈ ਪੰਜਾਬ ਦੀ ਨਹੀਂ ਹੈਗੀ, ਲੇਕਿਨ ਪੰਜਾਬ ਦੇ ਲੋਕਾਂ ਨੂੰ ਅਕਲ ਦੇਣ ਵਾਸਤੇ ਜ਼ਰੂਰ ਆਪਾਂ ਸੋਸ਼ਲ ਮੀਡੀਆ ਉੱਤੇ ਪਾ ਰਹੇ ਹਾਂ, ਕਿਉਂਕਿ ਵੀਡੀਓ ਵਿੱਚ ਬੂੰਦ ਬੂੰਦ ਨੂੰ ਤਰਸਦੇ ਪਏ ਨੇ ਲੋਕ। ਕਹਿਣ ਇੱਕ ਟੈਂਕਰ ਆਇਆ ਜਿਹਦੇ ਵਿੱਚ ਪਾਣੀ ਭਰਿਆ ਹੋਇਆ ਸੀ, ਲੋਕ ਦੇਖੋ ਕਿਵੇਂ ਲਾਈਨਾਂ 'ਚ ਲੱਗ ਕੇ ਧੱਕਾ ਮੁੱਕੀ ਕਰਕੇ ਬੂੰਦ ਬੂੰਦ ਤਰਸਦੇ ਹੋਏ ਕਿੱਦੀ ਮੁਕੱਦਸ ਦੇ ਨਾਲ ਜਿਹੜਾ ਹੈਗਾ ਪਾਣੀ ਲੈਣ ਲਈ ਲੱਗੇ ਹੋਏ ਨੇ। ਬਹੁਤ ਹੀ ਜ਼ਿਆਦਾ ਦਰਦਨਾਕ ਤਸਵੀਰਾਂ ਵੀ ਨਜ਼ਰ ਆਉਂਦੀਆਂ ਪਈਆਂ, ਇਹਨੂੰ ਦੇਖ ਕੇ ਖੌਫਨਾਕ ਜਿਹੜਾ ਮੰਜਰ ਤੁਹਾਨੂੰ ਦਿਖਾਉਂਦੇ ਪਏਗੇ, ਜਿਹਨੂੰ ਦੇਖ ਕੇ ਤੁਸੀਂ ਇੱਕ ਪਲ ਲਈ ਜ਼ਰੂਰ ਸੋਚਿਓ ਕਿ ਅਗਰ ਤੁਸੀਂ ਪੰਜਾਬ ਦਾ ਪਾਣੀ ਪੰਜਾਬੀ ਉਹ ਨਾ ਸੰਭਾਲਿਆ ਤਾਂ ਤੁਹਾਨੂੰ ਕਿਤੇ ਇਹੋ ਜਿਹੇ ਦਿਨ ਨਾ ਦੇਖਣੇ ਪੈਣ। ਲੇਕਿਨ ਪੰਜਾਬੀ ਕਿੱਥੇ ਟਲਦੇ ਨੇ, ਕੁਛ ਲੋਕ ਤਾਂ ਸ਼ਰਿਆਂ ਪਾਣੀ ਛੱਡ ਕੇ ਅਤੇ ਤੁਰੇ ਹੁੰਦੇ ਬਾਹਰੋਂ, ਭਾਵੇਂ ਆਪਾਂ ਪੰਜਾਬ ਦੇ ਸ਼ਹਿਰਾਂ ਦੀ ਗੱਲ ਕਰੀਏ ਜਾਂ ਪੰਜਾਬ ਦੇ ਪਿੰਡਾਂ ਦੀ ਗੱਲ ਕਰੀਏ, ਸਾਰੇ ਤਾਂ ਨਹੀਂ, ਲੇਕਿਨ ਕੁਛ ਲੋਕ ਇਹੋ ਜਿਹੇ ਨੇ ਹੁੰਦੇ ਜਿਹੜੇ ਕਿ ਬਿਲਕੁਲ ਹੀ ਬਰਬਾਦੀ ਕਰਨ ਦੇ ਰਾਹ ਉੱਤੇ ਤੁਰੇ ਹੋਏ ਨੇ, ਉਹਨਾਂ ਨੂੰ ਕਿਸੇ ਨਾਲ ਕੋਈ ਫਰਕ ਨਹੀਂ ਪੈਂਦਾ ਗਾ। ਅਕਸਰ ਘਰਾਂ ਦੇ ਵਿੱਚ ਵੀ ਕਈ ਲੋਕ ਇਹੋ ਜਿਹੇ ਨੇ ਹੁੰਦੇ, ਜੇ ਕੋਈ ਟੂਟੀ ਚੱਲਦੀ ਹੁੰਦੀ ਕਿ ਸ਼ਰਿਆਂ ਮਨੂੰ ਚੱਲਦਾ ਹੀ ਰਹਿਣ ਦਿੰਦੇ, ਕਿਤੇ ਸਾਨੂੰ ਕੀ ਫਰਕ ਪੈਂਦਾ ਗਾ। ਲੇਕਿਨ ਜਿਵੇਂ ਕਿ ਪੰਜਾਬ ਦੇ ਸ਼ੁਭ ਚਿੰਤਕਾਂ ਵੱਲੋਂ 2030 ਤੱਕ ਇੰਨੀ ਗੱਲ ਆਖ ਦਿੱਤੀ ਗਈ ਕਿ ਜੇ ਪੰਜਾਬੀਆਂ ਨੇ ਪੰਜਾਬ ਦਾ ਪਾਣੀ ਨਾ ਸੰਭਾਲਿਆ, ਨਾ ਇਸ ਚੀਜ਼ ਵੱਲ ਧਿਆਨ ਦਿੱਤਾ, ਤਾਂ ਆਉਣ ਵਾਲੀਆਂ ਪੁਸ਼ਤਾਂ ਜਿਹੜੀਆਂ ਤੁਹਾਡੀਆਂ ਹੈਗੀਆਂ ਉਹ ਬੋਤਲ ਵਾਲਾ ਪਾਣੀ ਹੀ ਪੀਣ 'ਤੇ ਮਜਬੂਰ ਹੋ ਜਾਣਗੀਆਂ, ਕਿਉਂਕਿ ਪਾਣੀ ਜਿਵੇਂ ਜਿਵੇਂ ਲਗਾਤਾਰ ਘੱਟਦਾ ਜਾ ਰਿਹਾ, ਉਵੇਂ ਉਵੇਂ ਹੀ ਆਉਣ ਵਾਲੇ ਸਮੇਂ ਦਾ ਡਰ ਜਿਹੜਾ ਹੈਗਾ ਕਈਆਂ ਲੋਕਾਂ ਨੂੰ ਬੁੱਧੀਜੀਵਾਂ ਨੂੰ ਤਾਂ ਸਤਾਉਣ ਲੱਗ ਪਿਆ। ਲੇਕਿਨ ਕਿਹੜੇ ਜਿਹੜੇ ਲੋਕ ਬਹੁਤ ਜ਼ਿਆਦਾ ਸ਼ਾਤਿਰ ਹੁੰਦੇ, ਜਿਹਨਾਂ ਨੂੰ ਕਿਸੇ ਨਾਲ ਕੋਈ ਫਰਕ ਨਹੀਂ ਹੁੰਦਾ, ਸਿਰਫ ਆਪਦੇ ਘਰ ਨਾਲ ਹੀ ਮਤਲਬ ਹੁੰਦਾ ਆ, ਉਹ ਲੋਕ ਤਾਂ ਨਹੀਂ ਇਹਨਾਂ ਗੱਲਾਂ ਦੀ ਕਰਦੇ ਪਰਵਾਹ। ਲੇਕਿਨ ਤਸਵੀਰਾਂ ਦੇਖ ਕੇ ਤੁਸੀਂ ਵੀ ਆਪਣੇ ਜ਼ਰੂਰ ਰਾਏ ਦਿਓ ਅਤੇ ਕਮੈਂਟ ਕਰਿਓ।